ਜ਼ਰੂਰ ਉਹ ਮੈਨੂੰ ਕਹਿੰਦੇ ਤੇ ਆ ਲੈ ਚਲਾ ਮੈਨੂੰ ਨਾ ਮੈਂ ਕਿਹਾ ਮੈਂ ਜਾਣਾ ਪਰ ਰਾਬਤ ਹੀ ਮਰ ਜਾਣਾ ਕਿਹਦਾ ਦੁੱਧ ਚੁੰਗਿਆ ਰਿਬੂਤ ਡੇਰਾ ਉਹਦਾ ਦੇ ਘਰ ਗਾਉਣ ਬਜਾਉਣ ਗਏ ਉਹਦਾ ਦੇ ਕੋਈ ਵਿਆਹ ਬੂਤ ਉਹਦਾ ਦੁੱਧ ਚੁੰਗਿਆ ਉਹ ਕਹਿੰਦੀ ਮੇਰਾ ਝੂਠਾ ਦੁੱਧ ਹੋ ਗਿਆ ਉਹ ਕਹਿੰਦਾ ਵੀ ਮੁੰਡਾ ਤੇਰਾ ਹੀ ਆ ਉਹ ਤਾਂ ਵੱਧ ਵਟਾਂਗਾ ਉਹ ਹੀ ਜਾਂਦਾ ਇਹਦੇ ਤਾਂ ਮਲਾਂਕਾ ਜਗ੍ਹਾ ਬਜਾਰਾ ਉਹ ਇੱਥੇ ਚਮਿਆਰੀ ਦਿਆਨੇ ਡੱਡ ਕੇ ਆਦਾ ਡੱਡ ਕਰ ਕੱਢਿਆ ਉਹਨਾਂ ਨੇ ਜਦੋਂ ਦੇਖੀ ਕਿਰਪਾਨ ਕੱਢੀ ਉਹ ਬੁਝਣ ਪਿੱਛੇ ਨੂੰ ਡਾਉਣ ਲੱਗਾ ਆਹ ਮਾਰੇ ਤੁਹਾਡਾ ਮਾਰਿਆ ਨਾ ਮਲਾਂਕ ਖਾਨ ਜਿਹੜਾ ਹਾਂ ਜੀ ਅੱਛਾ ਉਹ ਵੀ ਚੌਲੇ ਜੇ ਮਲਾਂਕ ਬਹੁਤ ਤਕੜਾ ਬੰਦਾ ਨੇ ਦੋ ਦੇ ਬੰਦੇ ਜੀ ਅੱਛਾ ਉਹ ਭਗਿਆੜੀ ਮਰਿਆ ਉਹ ਨਹੀਂ ਆ ਬੈਠੇ ਉਹ ਬਾਹਰ ਅੱਛਾ ਐਵੇਂ ਤੁਹਾਡੇ ਕੋਲ ਕਹੀਏ ਉਹ ਤਾਂ ਮੌਕਾ ਆਵੇ ਤਾਂ ਰੱਬ ਕਹਿ ਚੱਲੇ ਆਵੇ ਜੀ ਕੋਈ ਕੋਈ ਕਿਸੇ ਦੀ ਕੋਈ ਦੇ ਕਹਿੰਦੇ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਅਤੇ ਧਰਤੀ ਦੇਸ ਪੰਜਾਬ ਦੀ ਟੀਮ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਅਸੀਂ ਅੱਜ ਆਏ ਹਾਂ ਜੀ ਪਿੰਡ ਰਸਗੂਆਂ ਨੇੜੇ ਚੜਾਂਗ ਅਤੇ ਜ਼ਿਲ੍ਹਾ ਜਲੰਧਰ ਅਤੇ ਬਜ਼ੁਰਗ ਨੇ ਜੀ ਸਾਡੇ ਨਾਲ ਕਰਦੇ ਹਾਂ ਜੀ 1947 ਦੀਆਂ ਯਾਦਾਂ ਸਾਂਝੀਆਂ ਜੋ ਇਹਨਾਂ ਦੇ ਜੀਨ ਵਿੱਚ ਨੇ ਤੁਹਾਡੇ ਅੱਗੇ ਰੂਬਰੂ ਕਰਦੇ ਹਾਂ ਬਜ਼ੁਰਗਾਂ ਦੀ ਕਹਾਣੀ ਇਹਨਾਂ ਦੀ ਜ਼ਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਬਾਬਾ ਜੀ ਕੀ ਨਾਂ ਤੁਹਾਡਾ ਸੁੰਦਰ ਰਾਮ ਅਤੇ ਪਿਤਾ ਦਾ ਜੀ ਮੁਨਸ਼ੀ ਰਾਮ ਠੀਕ ਆ ਬਾਬਾ ਜੀ ਬਰਾਦਰੀ ਕਿਹੜੀ ਆਪਣੀ ਬਾਲਮੀਕ ਬਾਲਮੀਕ ਨਾ ਇਹ ਪਿੰਡ ਦੇ ਲੋਕਲ ਵਸ਼ਿੰਦੇ ਆ ਲੋਕਲ ਆ ਠੀਕ ਆ ਅੱਛਾ ਬਾਬਾ ਜਿਹੜਾ ਪਿੰਡ ਰਸਗੋਆ ਨਾ ਇਹਦੇ ਲਾਗੇ ਲਾਗੇ ਦੋ ਚਾਰ ਪਿੰਡ ਕਿਹੜੇ ਕਿਹੜੇ ਆ ਮਾਧੋਪੁਰ ਮਾਨਕ ਢੇਰੇ ਬਗਿਆੜੀ ਭੱਟੀਆ ਸਾਡੇ ਪਿੰਡ ਚੋਂ ਚਮਿਆੜੀ ਢੱਡੇ ਅੱਛਾ ਉਹ ਵੀ ਸਾਡੇ ਪਿੰਡ ਚੋਂ ਇਹ 47 ਤੋਂ ਪਹਿਲਾਂ ਜਿਹੜੇ ਪਿੰਡ ਆ ਆਬਾਦੀ ਦੇ ਲਿਹਾਜ ਨਾਲ ਮੁਸਲਮਾਨਾਂ ਦੇ ਪਿੰਡ ਸੀ ਸਿੱਖਾਂ ਦੇ ਸੀ ਮੁਸਲਮਾਨਾਂ ਦੇ ਤਕਰੀਬਨ ਸਾਰੇ ਹੈ ਨਾ ਹਾਂਜੀ ਆ ਮਾਨ ਢੇਰੇ ਤੇ ਕਾਰੇ ਆਵੇ ਮਾਧੋਪੁਰ ਵੀ ਮਾਧੋਪੁਰ ਵੀ ਸਿੱਖਾਂ ਦੀ ਹੈ ਨਾ ਬਾਦਸ਼ਾਹ ਅੱਛਾ ਜੀ ਤੇ ਜਦੋਂ 1947 ਵਿੱਚ ਕਿੰਨੀ ਕੁ ਉਮਰ ਸੀ ਤੁਹਾਡੀ ਉਦੋਂ ਕੁਛ ਗਏ ਦਾ 12 ਸਾਲ ਦੇ ਬਾਅਦ ਹੋ ਗਏ 12 ਕਦੇ ਹੋਊਗਾ ਅੱਛਾ ਤਕੜੇ ਸੀਗੇ ਹੈ ਨਾ ਤਕੜੇ ਸੀ ਤੇ ਜਦੋਂ ਇੱਥੋਂ ਉੱਠ ਕੇ ਗਏ ਆ ਸਭ ਕੁਝ ਤੁਹਾਡੇ ਜੇਨ 'ਚ ਹਾਂਜੀ ਜਦੋਂ ਗਏ ਆ ਬੇਚਾਰੇ ਜਾਨਾਂ ਲਕੋਦੇ ਚੱਲ ਗਏ ਅੱਛਾ ਬਾਬਾ ਜੀ ਪਿੰਡ ਦਾ ਜਿਹੜਾ ਜੈਲਦਾਰ ਦਾ ਕੀ ਨਾਂ ਸੀਗਾ ਹੈਗੇ ਜੈਲਦਾਰ ਜੈਲਦਾਰ ਦਾ ਬੜਾ ਲੰਬੜਾ ਦਾ ਪਤਾ ਅੱਛਾ ਜੈਲਦਾਰ ਪਿੰਡ ਦੇ ਨਹੀਂ ਸੀ ਹੈ ਨਾ ਹਾਂਜੀ ਲੰਬੜਦਾਰ ਦਾ ਕੀ ਨਾਂ ਸੀ ਰਹਿਮਤ ਅਲੀ ਰਹਿਮਤ ਅਲੀ ਹਾਂਜੀ ਰਾਜਪੂਤਾਂ ਦਾ ਸੀਗਾ ਰਾਜਪੂਤ ਦਾ ਅੱਛਾ ਜੀ ਇੱਕੋ ਹੀ ਸੀਗਾ ਲੰਬੜ ਇੱਥੇ ਇੱਕ ਸੀਗਾ ਜੀ ਹੋਰ ਹਾਂ ਉਹ ਛੋਟਾ ਜੀ ਅੱਛਾ ਜੀ ਪਿੰਡ ਦੇ ਵਿੱਚ ਜਿਹੜੇ ਆ ਕਿਹੜੀ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ 47 ਤੋਂ ਪਹਿਲਾਂ ਆਧਰਮੇ ਹਾਂ ਤੇ ਬਾਲਮੇਕ ਅੱਛਾ ਤੇ ਬਾਕੀ ਇੱਕ ਖਤਰੀਆ ਦਾ ਘਰ ਬਾਕੀ ਸਾਰੇ ਮੁਸਲਮਾਨ ਬਾਕੀ ਸਭ ਮੁਸਲਮਾਨ ਉਹ ਰਾਜਪੂਤ ਹੀ ਸੀਗੇ ਰਾਈ ਰੂਈ ਵੀ ਸੀਗੇ ਵਿੱਚ ਉਹਨਾਂ ਦੇ ਨਹੀਂ ਰਾਜਪੂਤ ਅੱਛਾ ਠੀਕ ਆ ਅੱਛਾ ਬਾਬਾ ਜੀ ਪੜ੍ਹੇ ਵੀ ਆ ਨਾ ਜੀ ਸਕੂਲੇ ਜਾ ਕੇ ਲੱਗਾ ਨਹੀਂ ਗਏ ਉਦੋਂ ਕੁੱਟਦੇ ਬਹੁਤ ਹੁੰਦੇ ਨੇ ਅੱਛਾ ਬਹੁਤ ਡੱਡਾ ਫੇਰਦੇ ਨੇ ਅੱਛਾ ਉਹ ਡਰਦੇ ਡਰਦੇ ਨਹੀਂ ਗਏ ਹਨਾ ਲੋਕ ਆਪਣੇ ਤੇ ਦਾਦੇ ਗੱਲ ਝੂਠ ਦੇ ਗੱਲ ਉਦੋਂ ਚੱਲ ਰਿਹਾ ਹਾਂ 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 ਕਹੂਗਾ ਬਿਲਕੁਲ ਐਲੀ ਪੁੱਤਣੀ ਦਾ ਦੋ ਚੁੰਗਿਆ ਜ਼ਰੂਰ ਉਹ ਮੈਨੂੰ ਕਹਿੰਦੇ ਤੇ ਆ ਲੈ ਚਲਾ ਦੇਣਾ ਨਾ ਮੈਂ ਕਿਹਾ ਮੈਂ ਜਾਣਾ ਪਰ ਰਾਬਤ ਹੀ ਮਰ ਜਾਣਾ ਕਿਹਦਾ ਦੁੱਧ ਚੁੰਗਿਆ ਰਿਬੂਤ ਡੇਰਾ ਉਹਨਾਂ ਦੇ ਘਰ ਗਾਉਣ ਬਜਾਉਣ ਗਏ ਜੀ ਅੱਛਾ ਉਹਨਾਂ ਦੇ ਕੋਈ ਵਿਆਹ ਬੂਤ ਉਹਦਾ ਦੁੱਧ ਚੁੰਗਿਆ ਉਹ ਕਹਿੰਦੀ ਮੇਰਾ ਝੂਠਾ ਦੁੱਧ ਹੋ ਗਿਆ ਉਹ ਕਹਿੰਦਾ ਵੀ ਮੁੰਡਾ ਤੇਰਾ ਹੀ ਆ ਵਾ ਅੱਛਾ ਜੀ ਹੋਰ
ਕਿਹਨਾਂ ਦੀ ਸੀਗੀ ਉਹ? ਰਾਜਪੂਤਾਂ ਦੇ? ਰਾਜਪੂਤਾਂ। ਅੱਛਾ ਜੀ। ਹੋਰ ਉਹਦੇ ਮੁੰਡੇ ਵੀ ਮਰਦਾਦ ਪਿੱਛੇ ਕਹਿੰਦੇ ਹੁੰਦੇ ਸੀ। ਹੁਣ ਤਾਂ ਮਾਸਟਰ ਕਹਿੰਦੇ ਤਾਂ ਮਰਦਾਦ ਕਹਿੰਦੇ ਸੀ। ਉਹਦੇ ਮੁੰਡੇ ਵੀ ਗਾਂ ਪੜਾਉਂਦੇ ਸੀ, ਗਾਂ ਦੇ ਲਾ ਉਹਦਾ ਆਦਮੀ ਵੀ ਪੜਾਉਂਦਾ ਸੀ। ਉਹਨਾਂ ਦੀ ਵੀ ਮਾਝ ਚੱਲ, ਕਮਲਾਣੇ ਆਉਂਦੇ ਸੀ ਉਹਨਾਂ ਦੀ ਵੀ ਮਾਝ ਚੱਲ, ਗਾਂ ਚੱਲਿਆ ਉਹਨੇ ਬੜਾ ਕਿੱਥੇ ਕਰਦੇ ਰਹਿਣਾ। ਬਾਬਾ ਜਿਹੜੇ ਪਿੰਡ ਦੇ ਚੌਧਰੀ ਬੰਦੇ ਸੀਗੇ ਹੈ ਨਾ? ਹਾਂਜੀ, ਜਿਹੜੇ ਐਨ ਸਿਰ ਕੱਢਵੇਂ ਸੀਗੇ। ਹਾਂਜੀ, ਮਲਾਂਕਾ ਜਗਾ ਰਹਿਮ ਚੱਲੇ ਸੀ, ਬਚਨ ਰੇਖਾ ਜੀ ਇਹ ਸੀਗੇ ਨਾ? ਪੂਰੀ ਐਨ ਪੂਰੇ ਪੂਰੇ ਵਧੀਆ ਤਰੀਕੇ ਨਾਲ ਹੈ ਨਾ? ਵਧੀਆ ਤਰੀਕੇ ਨਾਲ ਪੂਰੀ, ਮੰਨ ਲਓ ਉਹਨਾਂ ਦੀ ਪਿੰਡ ਦੇ ਵਿੱਚ ਜਿੱਦਾਂ ਕਹਿ ਲਓ ਵੀ ਚੜ੍ਹਦੀ ਸੀਗੀ, ਹੈਕਲ ਸੀ ਸਾਡੇ ਪਿੰਡ ਦੇ ਵਿੱਚ, ਜੋ ਪਿੰਡ ਕਰਜਾ ਉਹ ਕਰਜਾ ਨਾ ਠੀਕ ਆ। ਅੱਛਾ, ਬਾਹਰ ਪੁਲਿਸ ਵੀ ਨਹੀਂ ਵੜਦੀ ਸੀ ਤੁਸੀਂ ਦੱਸਿਆ ਜੀ? ਪੁਲਿਸ ਪੁਲਿਸ ਨੇ ਅੱਗੇ ਆ ਕੇ ਕੀ ਝੱਗਾ ਲੈ, ਉਹਨਾਂ ਦਾ ਵੀ ਝੱਗਾ ਲੈ ਲੈਣਾ ਆਰਾਮ ਤੋਂ ਲੈ ਲੈ। ਅੱਛਾ, ਉਹਦੇ ਆਉੜਿਆ ਕਾਕਾ ਦੌੜ ਕੇ ਆ ਗਏ, ਦੱਸੋ ਜੀ ਆ ਨਾਲੇ ਨਾ ਚਤਰ ਰੁ ਕਹਿ ਕੇ ਜਾਈ, ਆ ਨਾਲੇ ਤੋਂ ਖਾ ਸਾਹਿਬ ਤੋਂ ਪੈਸੇ ਲੈ ਕਹਾ ਉਦੋਂ ਲਿਆ ਕੇ ਤਾਂ ਕਰਿਆ ਦੇ ਦਿਓ, ਕੰਡ ਪਾਣੀ ਪਿਆਈਏ। ਉਹ ਦੌੜੋ ਛਤਰੂ ਨੇ ਆ ਜਾਣਾ ਦੌੜੇ ਬਾਹਰ, ਲੈਣੀ ਮਜਕ ਪਾਣੀ ਦੇ ਘੜਿਆ ਦੇ ਪਾਉਣੇ ਲੈ ਬਈ ਪਹਿਲਾਂ ਆਹ ਮੁੰਡੇ ਨੂੰ ਪਿਆ ਪੈਰ ਜਲ ਗਿਆ ਵਿਚਾਰੇ ਦੇ, ਕਿਸੇ ਨੂੰ ਨਹੀਂ ਹੋਰ ਦੇਣਾ ਪਹਿਲਾਂ ਇਹਨੂੰ ਪਿਆ ਪਹਿਲਾਂ ਮੁੰਡੇ ਨੂੰ, ਹੁਣ ਤੂੰ ਦੌੜ ਜਾ ਤੂੰ ਤਾਂ ਡਰਦਾ ਹੀ ਰਹਿਣਾ ਇੱਥੇ ਦੌੜਦਾ ਤੂੰ, ਚੱਲ ਪਿੱਛੇ ਬਹੁਤ ਡਰਦਾ ਜੀ ਹੁਣ ਕੌਣ ਡਰਦਾ, ਹੁਣ ਤਾਂ ਬੋਲ ਤੁਹਾਨੂੰ ਆਓ ਕਹਿੰਦੇ ਆਓ ਕੌਣ ਕੁੱਤਾ ਬੈਠਦਾ। ਅੱਛਾ, ਜਿਹੜੇ ਤੁਹਾਡੇ ਹਾਣ ਪ੍ਰਵਾਨ ਸੀਗੇ ਮੁਸਲਮਾਨਾਂ ਦੇ ਨਿਆਣੇ, ਹਾਂਜੀ, ਉਹ ਨਾਂ ਪਤਾ ਉਹਨਾਂ ਦੇ? ਹਾਂਜੀ, ਏਦਾਂ ਹੀ ਆ ਨਾਂ ਵੇਲੇ ਕਿੱਥੇ ਭੁੱਲ ਭੁੱਲ ਪਾ ਗਿਆ। ਚਲੋ, ਜਿਹਦਾ ਵੀ ਯਾਦ ਹੈਗਾ ਦੱਸਿਓ ਜ਼ਰੂਰ। ਹਾਂ, ਸਮਾਂ ਹੋ ਗਿਆ ਹੈ ਨਾ? ਸਮਾਂ ਦੂਰ, ਸਮਾਂ ਜ਼ਿਆਦਾ ਹੋ ਗਿਆ ਬਿਲਕੁਲ। ਨਿਆਣਿਆਂ ਦੇ ਕਿੱਥੇ, ਮੇਰੇ ਦਾ ਜਿਹੜਾ ਮੈਂ ਦੋ ਚੁੱਕਿਆ ਉਹ ਇਸ ਵੇਲੇ ਆ ਲੱਗਾ ਹੋਇਆ ਉੱਕਰ। ਕਿੱਥੇ? ਜਿੱਥੇ ਆ ਪਾਸਪੋਰਟ ਬਣਦੇ ਆ। ਪਾਸਪੋਰਟ? ਅੱਛਾ ਜੀ, ਇੰਨਾ ਮੈਨੂੰ ਪਤਾ। ਆਇਆ ਸੀ ਆ ਸਾਡੇ ਪਿੰਡ ਜਗ੍ਹਾ ਰੰਗੀ ਰੰਗਲੀ ਸ਼ਾਹ। ਅੱਛਾ, ਉਹ ਕਹਿੰਦਾ ਮੈਨੂੰ ਬੜਾ ਚਿਰ ਕੰਮ ਤੈਨੂੰ ਹੋਇਆ, ਤੂੰ ਕਿੱਥੇ ਜਾਣਾ? ਉਹ ਕਦੇ ਬਦਲ ਕੇ ਆਇਆ ਕਿੱਥੇ ਜਾਣਾ? ਮੈਨੂੰ ਕਹਿੰਦਾ ਮੈਂ ਤਾਂ ਮਰ ਗਿਆ ਗੱਪ ਕੇ, ਨਾ ਮੈਨੂੰ ਉਹ ਟਿਕਣ ਦਿੰਦਾ, ਮੈਂ ਹਿੰਦੁਸਤਾਨ 'ਚ ਜਾਣਾ। ਕਿੱਥੇ ਜਾਣਾ ਮੈਨੂੰ ਦੱਸ, ਕਿਹੜੇ ਪਿੰਡ ਜਾਣਾ? ਉਹ ਮੈਨੂੰ ਦੱਸਦੇ, ਮੈਂ ਉੱਥੇ ਪਾ ਲੈਣਾ। ਮੈਂ ਕਹਿੰਦਾ ਰਾਸਤਗੋਰ ਦੇ ਵਿੱਚ ਭਗਤਾਂ ਦਾ ਡੇਰਾ, ਉਹ ਮੈਨੂੰ ਭਗਤ ਨਹੀਂ ਛੱਡਦਾ। ਕਹਿੰਦਾ ਇੱਕ ਵਾਰੀ ਆ ਜੇ ਕੋਈ ਗਾਹ ਰਾਹ ਨਹੀਂ ਮਿਲਦਾ ਉਹ ਲੈ, ਕਹਿੰਦਾ ਜਿੰਨਿਆਂ ਚਿਰ ਦੀ ਮਰਜ਼ੀ ਕਰਾ ਲਾ ਮੈਂ। ਅੱਛਾ, ਹੈ ਇਹ ਮੈਂ ਤੁਹਾਨੂੰ ਦੱਸੂਗਾ, ਜਿੰਨਾ ਚਿਰ ਦੀ ਮਰਜ਼ੀ ਸੈਨ ਕਰਾ ਲਾ ਚੱਲ ਜਾ। ਅੱਛਾ ਬਾਬਾ, 47 ਤੋਂ ਪਹਿਲਾਂ ਇੱਥੇ ਮੇਲਾ ਮੁੱਲਾ ਕਿੱਥੇ ਲੱਗਦਾ ਸੀਗਾ? ਹਾਂਜੀ, ਮੇਲਾ ਕਿੱਥੇ ਲੱਗਦਾ ਹੈਗਾ? ਮੇਲਾ ਜੀ ਆ ਭਗਤ ਦਾ ਡੇਰਾ ਹੈ, ਉੱਥੇ ਲੱਗਦਾ ਸੀਗਾ ਨਾ? ਉੱਥੇ 8 ਦਿਨ ਉਹ ਮੇਲਾ ਰਹਿੰਦਾ ਜੀ। ਅੱਛਾ ਜੀ, ਕਵਾਲ ਆਉਂਦੇ ਸੀਗੇ ਪੂਰੋਂ? ਬਹੁਤ ਕੰਜਰੀਆ ਕਵਾਲ ਬਾਹਰ ਦੂਰੋਂ ਦੂਰੋਂ ਆਉਂਦੇ। ਅੱਛਾ, ਬਸ ਇੱਥੇ ਵੀ ਲੱਗਦਾ ਹੈ? ਟਿੱਬੀ ਵੀ ਟਿੱਬੀ ਬਾਜ ਇਹ ਹੋਈ ਸੀ ਤੇ ਮੱਥਾ ਟੇਕ ਲੈਣਾ, ਕਰਿਆ ਦੇ ਸਾਰੇ ਪਾਣੀ ਪਿਆ ਦੇਣਾ ਦੁਨੀਆ ਨੂੰ, ਬਸ ਜੋ ਕਹਿੰਦੀ ਚੜ੍ਹ ਜਾ ਉੱਥੇ ਬੰਦੀ ਜਾਣੀ ਤਾਂ ਕਰੀ। ਆਹ ਨਹੀਂ ਵਿਗਿਆੜੀ ਲੱਗਦੀ ਸੀ ਇਹਨਾਂ ਨਾਲ, ਵਿਗਿਆੜੀ ਬਾਦਸ਼ਾਹ ਆਈ ਆ ਪੁਲਿਸ ਦੀ ਭਰੀ ਚਾਰ ਪਰੋ। ਅੱਛਾ, ਇਹ ਬਦਲ ਹੁੰਦਾ ਤੋਂ ਉਹ ਕਹਿੰਦਾ ਜੀ ਵੀ ਇੱਥੋਂ ਦੁਨੀਆ ਆਉਂਦੀ ਆ ਪਾਠ ਦੇ ਲੋਕ, ਉਹਨਾਂ ਨੇ ਚੋਰੀਆਂ ਕਰਿਆ ਕਰਦੀਆਂ, 8 ਦਿਨ ਮੇਲਾ ਕਿੱਥੇ ਰਹਿੰਦਾ? ਉਹ ਕੰਜਰੀ ਨੱਚੇ ਉਦੋਂ ਬੱਸ ਭਰੀ ਹੋਈ ਆਏ, ਦੁਨੀਆ ਦੇਖਣ ਡਈ ਹੋਈ ਆ, ਬੱਸ ਆਈ ਭਰੀ ਹੋਈ, ਫੜ ਪਏ ਇਹਨੂੰ। ਕਹਿੰਦਾ ਅਸੀਂ ਮਰਨਾ ਇਹ ਤੋਂ ਫੜ ਲਓ, ਹੈ ਵਿਗਿਆੜੀ ਸਾੜੀ ਜੋਰ ਲਾ ਕੇ ਮਰ ਗਏ। ਉਹ ਕਹਿੰਦਾ ਅਜੇ ਨਹੀਂ ਇਹਨੂੰ ਹੱਥ ਲਾਉਣਾ, ਉਹ ਹਲੇ ਆਪਣੀ ਮੱਝ 'ਚ ਬੈਠਾ ਹੈ, ਤੁਹਾਨੂੰ ਮੈਂ ਕੀ ਕਰ, ਉਹਦਾ ਪੈਸੇ ਵੰਡੇ ਚਲਿਆ ਜਾਂਦਾ ਦੋਵਾਂ ਦਾ, ਮੈਂ ਅਜੇ ਕੀ ਕਰੀਆ, ਹੈ ਇਹਨੂੰ ਕੀ ਕਰੀਆ, ਅਸੀਂ ਮਰਨਾ ਇਹਨੂੰ, ਚੜ ਦੌੜ ਜਾ ਜਾ ਆਪਣੀ ਮਰਜ਼ੀ ਦਾ ਉੱਠ ਕੇ। ਆਪ ਦਲਦਾਰ ਹੋਣੀ ਚ ਗਏ, ਉਹਨਾਂ ਨੇ ਆਪ ਕਿੱਲਾ ਪੈਲੀ ਦਾ ਛੱਡਿਆ ਇੱਥੇ ਅੱਗ ਬਹਿ। ਅੱਛਾ ਜੀ, ਉਹ ਗਾਉਂਦੇ ਵਜਾਉਂਦੇ ਜੀ, ਉਹ ਕਹਿੰਦੇ ਇੱਥੇ ਅੱਗ ਬਹਿ ਮੇਰੀ ਪੈ ਚ, ਦੇਖੂ ਜਿਹੜਾ ਕਿਹੜਾ ਠਾਰੂ। ਅੱਛਾ, ਉਹ ਫਿਰ ਇੱਥੇ ਅੱਗ ਬਹਿ ਪਰ ਇੱਥੇ ਗਏ। ਠੀਕ ਆ, ਹਾਂ ਸਹੀ ਆ। ਉਦੋਂ ਰਲੇ ਮੇਰੇ ਕੋਈ ਨੀ, ਆਪਣਾ ਆਪਣੀ ਰੋਟੀ ਖਾਂਦੇ ਨੇ, ਹੈ ਸਹੀ ਆ। ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੁਹਾਡੇ? ਨਾ ਜੀ ਨਾ, ਕੋਈ 47 ਤੋਂ ਪਹਿਲਾਂ ਪਹਿਲਾਂ ਕੋਈ ਨੀ।
ਅੱਛਾ ਐਦਾਂ ਹੀ ਰਹਿੰਦੇ ਜੇ ਭੈਣ ਭਰਾਵਾਂ ਵਾਂਗੂ ਬਸ ਤਾਂ ਫੇਰ ਕੀ ਅੱਗ ਲੱਗ ਗਈ ਹੈ ਫੇਰ ਕੀ ਅੱਗ ਲੱਗ ਗਈ 47 ਚ ਦੇਖ ਲਾ ਉਹ ਭਗਤ ਦੇ ਬਘਿਆੜੀ ਉਹਨਾਂ ਨੇ ਠਾਹਿਆ ਸੀ ਨਾ ਬਘਿਆੜੀ ਦਿਆ ਨਾ ਉਹ ਕਹਿੰਦਾ ਕਹਿੰਦਾ ਤੂੰ ਦੇਖਿਓ ਬਲਦੇ ਕਹਿੰਦਾ ਉਹ ਸੱਚੇ ਬਲ ਗਏ ਬਘਿਆੜੀ ਬੜੇ ਸਾਡੇ ਇੱਧਰ ਕਿਤੇ ਨਹੀਂ ਅੱਗ ਲੱਗੇ ਮਲਾਂਕਾ ਜਗਾ ਬਜਾਰਾ ਉਹ ਇੱਥੇ ਚਮਿਆਰੀ ਡੱਡ ਕੇ ਤੁਹਾਨੂੰ ਕੱਢਿਆ ਰਹੋ ਉਹਨਾਂ ਨੇ ਜਦੋਂ ਦੇਖੀ ਕਿਰਪਾਨ ਕੱਢੀ ਉਹ ਬਜਨ ਪਿੱਛੇ ਨੂੰ ਦੌੜਨ ਲੱਗਾ ਆਹ ਮਾਰੀ ਤੁਹਾਡਾ ਮਾਰਿਆ ਨਾ ਮਲੰਗ ਖਾਨ ਜਿਹੜਾ ਸੀਗਾ ਹਾਂਜੀ ਅੱਛਾ ਉਹ ਵੀ ਚੌਦੇ ਚ ਮਲੰਗ ਬਹੁਤ ਤਕੜਾ ਬੰਦਾ ਸੀਗਾ ਦੋ ਦੇ ਬੰਦੇ ਦੇ ਅੱਛਾ ਬਘਿਆੜੀ ਮਰਿਆ ਉਹ ਨਹੀਂ ਆ ਬੈਠੇ ਕੋ ਬਾਅਦ ਅੱਛਾ ਚਮਾਨ ਨਹੀਂ ਮਾਰ ਦਿੱਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਮਾਨ ਨਹੀਂ ਮਾਰ ਦਿੱਤਾ ਅੱਛਾ ਬਾਅਦ ਠੀਕ ਆ ਤੇ ਤੁਹਾਡੇ ਪਿੰਡ ਦੇ ਫਿਰ ਕਿੱਦਾਂ ਉੱਠੇ ਸਾਡੇ ਪਿੰਡ ਨੂੰ ਰੋਕਿਆ ਜੇ ਮਾਰ ਦੇ ਲਿਆ ਨਾ ਜਦੋਂ ਨਾ ਜਾ ਤੋ ਬੇਬਥੀ ਹੋਊਗੀ ਉਦੋਂ ਤੁਹਾਨੂੰ ਦੱਸ ਦੇਣਾ ਤੁਸੀਂ ਚੱਲ ਜਾਇਓ ਉੱਥੇ ਅੱਛਾ ਉਹ ਫਿਰ ਤੋਂ ਉੱਠਿਆ ਤੇ ਢੱਡੀ ਚੱਲਗਾ ਢੱਡਿਆ ਤੋਂ ਗਾਹ ਤੁਰੇਗਾ ਭਰੇ ਭਰਾਏ ਘਰ ਛੱਡ ਕੇ ਗਏ ਭਰੇ ਭਰਾਏ ਘਰ ਛੱਡ ਗਏ ਰਾਤ ਨੂੰ ਗਏ ਕਿ ਦਿਨੇ ਦਿਨੇ ਹੀ ਚੱਲਗਾ ਉਹ ਬਾਹਰ ਢੇਰੀ ਤੇ ਆ ਕੇ ਬਿੱਲਾ ਬਿੱਲਿਆ ਦੇ ਇੱਕ ਲੰਬਰ ਦਮ ਪੇਜਗਾ ਕਹਿੰਦਾ ਹੁਣ ਸਾਡੀ ਬੇਬਾ ਹੁਣ ਤੁਸੀਂ ਚੱਲ ਜਾਓ ਹੁਣ ਚੱਲ ਜਾਓ ਹੁਣ ਸਵੇਰੇ ਹੀ ਆਗਾ ਅੱਛਾ ਤੁਸੀਂ ਹੁਣ ਬਾਅਦ ਚੋਦੇ ਲੱਗੋ ਜਿੰਨਾ ਚ ਕੱਢਿਆ ਤੂੰ ਰੱਖ ਲਿਆ ਜੇ ਰੱਖ ਲਿਆ ਸਾਡੀ ਬੇਬਾ ਹੋਈ ਆ ਚੱਲ ਗਿਆ ਵਿਚਾਰਾ ਪਿੰਡ ਦੇ ਬੰਦੇ ਤਾਂ ਨਹੀਂ ਕਿਸੇ ਦਾ ਨੁਕਸਾਨ ਹੋਇਆ ਇੱਕ ਮਲੰਗ ਖਾਨ ਤੋਂ ਛੁੱਟ ਬਈ ਇੱਥੇ ਦਾ ਕੋਈ ਪਤਾ ਉੱਥੇ ਦਾ ਕੋਈ ਪਤਾ ਨਹੀਂ ਇਹੋ ਹੀ ਸੁਣਿਆ ਮਲੰਗ ਖਾਨ ਮਾਰ ਦਿੱਤਾ ਅੱਛਾ ਸੁਣਿਆ ਦੇਖਿਆ ਨਹੀਂ ਮਤਲਬ ਹਨਾ ਨਾ ਦੇਖਿਆ ਨੇ ਜਾ ਇੱਥੇ ਕੋ ਕੁੜੀਆਂ ਮਾਰੀਆਂ ਜੇ ਆ ਜਿੱਥੇ ਕੋ ਵੱਡਾ ਖੰਭਾ ਲੱਗਾ ਗਿਆ ਦੀਆਂ ਦੇ ਪਾਲੇ ਪਾਠ ਅੱਛਾ ਇਹ ਟੁਕੜੀ ਰਾਹ ਸੀਗਾ ਉੱਥੇ ਕਿਸੇ ਗਿਆ ਬੇੜੀਆ ਉੱਥੇ ਦੋ ਤਿੰਨ ਨਿਆਣੇ ਮਾਰ ਦਿੱਤੇ ਅੱਛਾ ਬਲੂਰੇ ਵਿਚਾਰੇ ਮਾਰ ਦਿੱਤਾ ਜਿੱਦਾਂ ਕਹ ਲਓ ਵੀ ਜੇ ਔਰਤਾਂ ਜਾਂ ਬੱਚੇ ਜਾਂ ਬਜ਼ੁਰਗ ਹੀ ਕਾਬੂ ਆਏ ਉਹਨਾਂ ਦੇ ਨਾ ਏਦਾਂ ਤੁਹਾਡੇ ਕੋਈ ਵੀ ਆਇਆ ਹਾਂ ਐਵੇਂ ਤੁਹਾਡੇ ਕੋਲ ਕਹੀਏ ਉਹਦਾ ਮੌਕਾ ਆਵੇ ਦਾ ਰੱਬ ਕਿਸੇ ਤੇ ਲਿਆਵੇ ਦਾ ਬਿਲਕੁਲ ਕੋਈ ਕੋਈ ਕਿਸੇ ਦੀ ਕੋਈ ਰਿਜ਼ਕ ਦੇ ਯਾਰ ਵਾਰ ਜਿਹੜੇ ਬਜ਼ੁਰਗ ਜਿੱਦਾਂ ਤੁਸੀਂ ਦੱਸਿਆ ਵੀ ਘਰ ਭਰੇ ਭਰੇ ਭਰਾਏ ਛੱਡ ਕੇ ਗਏ ਨਾ ਹਾਂਜੀ ਤੇ ਜਿਹੜੇ ਫਿਰ ਉਹ ਘਰ ਸਮਾਨ ਸੀਗਾ ਉਹ ਕੌਣ ਲੁੱਟ ਕੇ ਲੈ ਗਏ ਫਿਰ ਲੁੱਟ ਕੇ ਲਿਆ ਜਾ ਤਾਂ ਇੱਟਾਂ ਧੋਈਆਂ ਬਾਹਰੋਂ ਬੁੜੀਆਂ ਨੇ ਛੱਡਿਆ ਤੇ ਅੱਛਾ ਇੱਡੇ ਕਿਹੜੇ ਆਏ ਹੋਏ ਤੇ ਲੋਕ ਛੱਡਿਆ ਤੇ ਇੱਟਾਂ ਧੋਈ ਜੜ ਹਾਟ ਕਾ ਤੁਹਾਡੇ ਵਰਗੇ ਦਾਦ ਕਰੋ ਨਹੀਂ ਤੇ ਕਦੇ ਮੈਂ ਬਾਹਰ ਨਾ ਜਾ ਆਈ ਸਭ ਤੁਹਾਡੇ ਬੋੜੇ ਤਾਂ ਬਾਅਦ ਆਪਣੇ ਆਪਣੇ ਕੁਲੀਆਂ ਦੇ ਵਿੱਚ ਬੈਠੇ ਹੋਏ ਤੇ ਬੂਹੇ ਵੀ ਢੋਕ ਅੱਛਾ ਜੀ ਮਾੜੀ ਨਾ ਜਾ ਪਤਾ ਨਹੀਂ ਹੁੰਦਾ ਕੀ ਪਤਾ ਅੱਛਾ ਹਾਂਜੀ ਆਪਣੇ ਤੁਹਾਡੇ ਕੋਲ ਕਹੀ ਅੱਡੇ ਕਦੇ ਕਹੀ ਲੁਕੋ ਲੁਕੋ ਹਾਂ ਤੁਹਾਡੇ ਵੀ ਲੁਕੋ ਰੱਖਣਾ ਕੀ ਕਰੇਗਾ ਕੋਈ ਪਿੰਡ ਦਾ ਪੁਰਾਣਾ ਜਿਹੜਾ ਇੱਥੋਂ ਗਿਆ ਸੀਗੀ ਹਨਾ ਪਿੰਡ ਦਾ ਬੰਦਾ ਉਹ ਪੁਰਾਣਾ ਪਿੰਡ ਦੇਖਣ ਆਇਆ ਕੋਈ ਆਈ ਜੇ ਦੋ ਦੋ ਦਿਹਾੜੇ ਆਇਆ ਅੱਛਾ ਜੀ ਦੋ ਆਇਆ ਉਹ ਟਿੱਬੀ ਉਹ ਟੱਕਰੇ ਨਹੀਂ ਉਹ ਦਾਦੂ ਟਿੱਬੀ ਉਹ ਦੋ ਇੱਟਾਂ ਲਗਾਇਆ ਅੱਛਾ ਜੀ ਕਹਿੰਦੇ ਅਸੀਂ ਉੱਧਰ ਪੂਜਿਆ ਕਰਨਾ ਅੱਛਾ ਵੀ ਆਪਣੀ ਜਗ੍ਹਾ ਉੱਥੇ ਬਣਾਉਣੀ ਹੈ ਨਾ ਉੱਥੇ ਜਗ੍ਹਾ ਬਣਾਉਣੀ ਕਿਹੜੇ ਸੰਨ 'ਚ ਆਏ ਸੀ ਇਹ ਨਹੀਂ ਪਤਾ ਹੋ ਗਿਆ ਦੋ ਤਿੰਨ ਸਾਲ ਆਇਆ ਨੂੰ ਅੱਛਾ ਜੀ ਦੂਆ ਸਾਲ ਕੇ ਧੀਆ ਹੋ ਗਿਆ ਅੱਛਾ ਜੀ ਸ਼ੇਰ ਗਰੇਂਡੇ ਦੀ ਸੀ ਉਹ ਉਹ ਵਿਆਹੀ ਹੋਈ ਇੱਥੇ ਦੀ ਅੱਛਾ ਸ਼ੇਰਪੁਰ ਗਰਿੰਡ ਦੇ ਇੱਥੇ ਵਿਆਹੀ ਸੀ ਨਾ ਉੱਥੇ ਵਿਆਹੀ ਹੋਈ ਸੀ ਤਾਂ ਇੱਥੇ ਰਹਿੰਦੇ ਸੀ ਮਾਸਟਰ ਜੀ ਉਹਦਾ ਘਰੋਂ ਅੱਛਾ ਜੀ ਉਹ ਗਿਆ ਉਹੀ ਗਏ ਨਾ ਉਹ ਆਏ ਆ ਕਹਿੰਦੇ ਪਿੰਡ ਇੱਕ ਵਾਰੀ ਦੇਖ ਸਹੀ ਹੈ ਅੱਛਾ ਬਾਬਾ ਜੀ ਜਿਹੜਾ ਸਮਾਂ ਆ ਨਾ ਹਾਂਜੀ ਜਿਹੜਾ ਤੁਹਾਨੂੰ 47 ਤੋਂ ਪਹਿਲਾਂ ਦਾ ਸਮਾਂ ਸੀਗਾ ਉਹ ਬੜਾ ਚੰਗਾ ਜੀ ਅੱਛਾ ਉਹ ਚੰਗਾ ਸੀਗਾ ਰੱਬ ਰੱਬ ਕਰਦੇ ਦੁਨੀਆ ਬਾਅਦ ਹੋਰ ਤਾਂ ਹੁਣ ਹੁਣ ਵੀ ਦੁਨੀਆ ਰੱਬ ਰੱਬ ਕਰਦੀ ਆ ਮੌਤ ਹੁਣ ਕਿਆ ਕਰਨਾ ਸਮਾਂ ਇਹ ਵੀ ਵਧੀਆ ਹੈ ਸਭ ਕੁਛ ਵਧੀਆ ਵਧੀਆ ਜਿਹੜਾ ਟਾਈਮ ਪਾਸ ਹੋ ਜਾਣਾ ਟਾਈਮ ਪਾਸ ਹੋ ਜਾਣਾ
ਅੱਛਾ ਪਿੰਡ 'ਚ ਮਸਜਿਦ ਸੀਗੀ ਉਹਨਾਂ ਦੀ? ਹਾਂਜੀ। ਅੱਛਾ ਜੀ। ਇੱਕ ਹੂੰ ਇੱਧਰ ਤਾਂ ਮਸਜਿਦ ਤੁਹਾਡਾ ਕੋਈ ਪਤਾ ਨਹੀਂ ਲੱਗਦਾ। ਅੱਛਾ ਹੈਗੀਆਂ ਘਟਾਤੀਆਂ ਟਿੱਠ ਗਈਆਂ ਤੇ ਢਾਤੀ ਆ ਗਏ। ਅੱਛਾ ਜੀ। ਹਾਂ ਤਾਂ ਕੋਈ ਉਹਨਾਂ ਦੇ ਤਖੀਏ ਤਖੀਏ ਵੀ ਉੱਧਰ ਬਲ ਬੁਲ ਲੈ ਗਏ। ਕੋਈ ਜਗ੍ਹਾ ਜੁਗਾ ਹੈ ਨਹੀਂ ਕੋਈ ਉਹਨਾਂ ਦੀ ਜਿਹੜੀ ਇਤਿਹਾਸਕ ਇਹਨਾਂ ਦੇ ਪਿੰਡ 'ਚ ਵਿੱਚ? ਨਾ ਜਗ੍ਹਾ ਕਾਹਦੀ ਸੀ ਜਿਹੜਾ ਤਖੀਏ ਸੀ ਉਹ ਵੀ ਧੋਬਿਆਂ ਦੇ ਵਿੱਚ ਢਾ ਕੇ ਅਗਲਿਆਂ ਦੇ ਕੋਠੇ ਪਾ ਲਿਆ। ਔਰ ਇੱਕ ਇੱਥੇ ਕਿਤੇ ਗਏ ਆ ਮਸੀਤ। ਹਾਂ ਉੱਥੇ ਉਹਦਾ ਅੱਛੇ ਵਿਆਹ ਦੇ ਬੜਾ ਦੂਜਾ ਪਾਇਆ ਉੱਥੇ ਮਸੀਤ ਉੱਥੇ ਖੂਹੀ 'ਚ ਇੱਕ ਆ ਕੁੰਡਾ ਦੇ ਮੋਹਰੇ ਮਸੀਤ ਬੜੀ ਤਕੜੀ। ਅੱਛਾ ਇੱਥੇ ਬਹੁਤ ਪਿੰਡ ਸਾਰਾ ਮੋਹਲੇ ਪਾ ਦੇ ਗਿਆ ਦਿਆ ਦੇ ਹੁਣ ਕੋਠੇ ਪਾਏ ਹੋਏ ਉਹ ਸਾਰਾ ਹੀ ਚਗਾ ਦਾਇਰਾ। ਉੱਧਰੋਂ ਜਿਹੜਾ ਪਾਲਾ ਪਾਜਾ ਉਹ ਸੀਗਾ ਛੱਡਿਆ ਉਹਦੇ ਲਈ ਤਕੀਏ ਲਈ। ਅੱਛਾ ਉਹ ਤੇ ਇੱਕ ਥਾਂ ਉਹਨੂੰ ਹੀ ਦਿੱਤਾ ਅੱਜ ਤੂੰ ਆਜਾ ਵੇਖ ਲਿਆ ਕਰ ਗੁੱਟ ਕੱਟ ਕੇ ਚੱਲ। ਮਤਲਬ ਹੈ ਨਹੀਂ ਕੁਛ ਵੀ ਸਭ ਕੁਛ ਟਿੱਟ ਉੱਠ ਗਿਆ ਉਹਨਾਂ ਦਾ ਹੈ ਨਾ ਸਭ ਕੁਛ ਟਿੱਟ ਗਿਆ ਸਾਰਾ ਹੀ ਢਾ ਹੀ ਦਿੱਤਾ ਨਾ। ਅਤੇ ਚਲੋ ਠੀਕ ਆ ਜੀ ਕੀਤੀਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਅਤੇ ਜੋ ਪਿੰਡ ਰਸ ਗਊਆਂ ਦਾ ਇਤਿਹਾਸ ਹੈ ਨਾ ਉਹ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਬਜ਼ੁਰਗਾਂ ਦੀ ਸਿਹਤ ਤਾਂ ਇੰਨੀ ਠੀਕ ਨਹੀਂ ਆ ਪਰ ਫਿਰ ਵੀ ਆਪਾਂ ਜਿਹੜਾ ਜੇ ਕੋਈ ਇੱਥੇ ਮੁਸਲਮਾਨ ਭਾਈਚਾਰੇ ਦਾ ਬੰਦਾ ਜਿਹੜਾ ਪਿੰਡੋਂ ਉੱਠ ਕੇ ਗਏ ਆ ਆਪਾਂ ਉਹਨਾਂ ਨੂੰ ਪਿੰਡ ਦੀਆਂ ਗਲੀਆਂ ਥੋੜ੍ਹੀਆਂ ਨਾਲ ਦਿਖਾਵਾਂਗੇ ਅਤੇ ਨਾਲ ਹੀ ਜਿਹੜਾ ਉਹ ਜਗ੍ਹਾ ਬਣੀ ਆ ਨਾਲੇ ਉਹ ਦਿਖਾਵਾਂਗੇ। ਚੱਲ ਠੀਕ ਆ ਬਜ਼ੁਰਗੋ ਧੰਨਵਾਦ।